ਤਵਾਦੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਸਟੱਡੀਿੰਗ ਤੇ ਲੈ ਕੇ ਲਾਰਤ ਤੱਕ ਦੇਖ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਦੇ ਹੋ ਸੋ ਕੁਝ ਕੁ ਦਿਨ ਪਹਿਲਾਂ ਸਾਜਣ ਤੇ ਤਾਣੀ ਦੇ ਇੰਗੇਜਮੈਂਟ ਹੋ ਕੇ ਏਡੀ ਜਿਹਦੀ ਤੁਸੀਂ ਸਾਰੇ ਨੇ ਵੀਡੀਓ ਦੇਖ ਹੀ ਲਈ ਹੋਣੀ ਤੇ ਉਸ ਤੋਂ ਕੁਝ ਦਿਨ ਬਾਅਦ ਹੀ ਉਸ ਦੀ ਇੰਟਰਵਿਊ ਹੋਈ ਸੀ ਇੱਕ ਪੰਜਾਬੀ ਜ਼ਿਮੀਦਾਰ YouTube ਚੈਨਲ ਤੇ ਜਿਨ੍ਹਾਂ ਨੇ ਇੰਟਰਵਿਊ ਨਹੀਂ ਦੇਖ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਵਿੱਚ ਜਾ ਕੇ ਤੁਸੀਂ ਜਰੂਰ ਦੇਖ ਕੇ ਆਓ ਉਸ ਇੰਟਰਵਿਊ ਵਿੱਚ ਤਾਣੀ ਨੇ ਇਹ ਗੱਲ ਕਹੀ ਸੀ ਕਿ ਮੈਂ ਆਪਣੇ ਭਰਾ ਕਰਕੇ ਹਾਂ ਜੋ ਵੀ ਅੱਜ ਤੱਕ ਹੈਗੀ ਹਾਂ ਕਿ ਮੇਰੇ ਭਰਾ ਮੈਨੂੰ ਹਮੇਸ਼ਾ ਸਪੋਰਟ ਕਰਦਾ ਆ ਰਿ ਇਦਾਂ ਦਾ ਡ੍ਰੀਮ ਨਹੀਂ ਸੀਗਾ ਕਿ ਮੈਂ ਫਿਲਮਸ ਜਾਣਾ ਵਾ ਜਾਂ ਕੁਝ ਵੀ ਦਾ ਬਟ ਬ੍ਰਦਰ ਨੇ ਮੋਟਿਵ ਕੀਤਾ ਕਿ ਤੂੰ ਹਾਂ ਜਾ ਇੱਧਰ ਫਿਲਮਸ ਬਣ ਉਹਨੇ ਕੱਲ ਤਾਣੀ ਨੇ ਆਪਣੇ ਭਰਾ ਨੂੰ ਇੰਸਟਾਗ੍ਰਾਮ ਤੋਂ ਅਨਫੋਲੋ ਕਰ ਦਿੱਤਾ ਤੇ ਲੋਕਾਂ ਦਾ ਕੀ ਵਿਚਾਰ ਹੈ ਇਸ ਬਾਰੇ ਤਾਂ ਲੋ ਪਹਿਲਾ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਜਿਸ ਵਿੱਚ ਇੱਕ ਨੇ ਲਿਖਿਆ ਕਿ ਆਪਦੇ ਭਰਾ ਨੂੰ ਤਾਂ ਤੂੰ ਅਨਫੋਲੋ ਕਰਤਾ ਹਜੇ ਕਹਿ ਰਹੇ ਆ ਕਿ ਮੈਂ ਆਪਣੇ ਭਰਾ ਕਰਕੇ ਆ ਜੋ ਵੀ ਹੈ ਗਿਆ ਕਿ ਆ ਫੁੱਦੂ ਲਾ ਰਹੇ ਹੋ ਤੇ ਉਸ ਤੋਂ ਬਾਅਦ ਅਗਲੇ ਲਿਖੇ ਕਿ ਅੰਗੇਜਮੈਂਟ ਤੋਂ ਬਾਅਦ ਬਰੋ ਨਾ ਤੇ ਕੋਈ ਵੀਡੀਓ ਨਹੀਂ ਪਾਈ ਮਤਲਬ ਕਿ ਇਸਨੇ ਆਪਣੇ ਪੁਰਾਣਾ ਕੋਈ ਵੀਡੀਓ ਨਹੀਂ ਪਾਈ ਇੰਗੇਜਮੈਂਟ ਤੋਂ ਬਾਅਦ ਤੇ ਉੱਥੇ ਹੀ ਅੱਜ ਇਸ ਦੇ ਬ੍ਰਦਰ ਨੇ ਜਿਹਦਾ ਸਕਰੀਨਸ਼ਾਟ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋਵੋਗੇ ਇਸਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਸਟੋਰੀ ਪਾਈ ਜਿਹਦੇ ਵਿੱਚ ਸਿੱਧੂ ਦਾ ਗਾਣਾ ਚੱਲ ਰਿਹਾ ਸੀ ਕਿ ਫਾਇਦੇ ਫੂਦੇ ਲੈ ਕੇ ਸਾਰੇ ਅਨਫੋਲੋ ਕਰ ਜਾਂਦੇ ਨੇ ਕਰ ਜਾਂਦੇ ਨੇ ਫਾਇਦੇ ਫੂਦੇ ਲੈ ਕੇ ਅਨਫੋਲੋ ਕਰ ਜਾਂਦੇ ਨੇ ਤੇ ਬਾਕੀ ਇਸ ਵਾਰ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਕਮੈਂਟ ਕਰ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ